ਬੱਸ ਸਟੈਂਡ ਪਟਿਆਲਾ ਦੇ ਵਿੱਚ ਅੱਜ ਕੱਲ੍ਹ ਸਵਾਰੀਆਂ ਨੂੰ ਆਪਣੀਆਂ ਆਪਣੀਆਂ ਬੱਸਾਂ ਦੇ ਵਿੱਚ ਬਿਠਾਉਣ ਦੇ ਲਈ ਬੱਸਾਂ ਦਾ ਸਟਾਫ ਸਵਾਰੀਆਂ ਨਾਲ ਬਦਤਮੀਜ਼ੀ ਕਰ ਰਿਹਾ ਹੈ ਅਤੇ ਕਈ ਵਾਰੀ ਇਸ ਬਦਤਮੀਜ਼ੀ ਦਾ ਸਿੱਟਾ ਸਵਾਰੀਆਂ ਅਤੇ ਬੱਸ ਸਟਾਫ ਵਿੱਚ ਹੱਥੋਂ ਪਾਈ ਦੀ ਨੌਬਤ ਹੋ ਜਾਂਦੀ ਹੈ। ਅਜਿਹਾ ਹੀ ਇੱਕ ਵਾਕਿਆ ਪਟਿਆਲਾ ਦੇ ਰਹਿਣ ਵਾਲੇ ਰਮਨਦੀਪ ਸਿੰਘ ਨਾਲ ਵੀ ਹੋਇਆ। ਜਦੋਂ ਰਮਨਦੀਪ ਸਿੰਘ ਆਪਣੀ ਮਾਂ ਨੂੰ ਚੰਡੀਗੜ੍ਹ ਦੀ ਬੱਸ ਵਿੱਚ ਬਿਠਾਉਣ ਲਈ ਪਟਿਆਲਾ ਦੇ ਬੱਸ ਸਟੈਂਡ ਦੇ ਉੱਤੇ ਪਹੁੰਚਿਆ ਤਾਂ ਉੱਥੇ ਰਾਜਸਥਾਨ ਡਿੱਬੂ ਦੀ ਬੱਸ ਚੰਡੀਗੜ੍ਹ ਜਾਣ ਲਈ ਤਿਆਰ ਖੜ੍ਹੀ ਸੀ, ਪਰੰਤੂ ਇਸ ਦੇ ਨਾਲ ਹੀ ਪਟਿਆਲਾ ਦੀ PRTC ਦੀ ਬੱਸ ਵੀ ਆ ਕੇ ਖੜ੍ਹ ਗਈ। ਰਮਨਦੀਪ ਨੇ ਪਟਿਆਲਾ ਦੀ PRTC ਦੀ ਬੱਸ ਵਿੱਚ ਜਾਣ ਨੂੰ ਤਰਜੀਹ ਦਿੱਤੀ, ਪਰ ਜਦੋਂ ਉਹ PRTC ਦੀ ਬੱਸ ਵੱਲ ਜਾਣ ਲੱਗਾ ਤਾਂ ਰਾਜਸਥਾਨ ਡਿੱਪੂ ਦੀ ਬੱਸ ਦਾ ਕੰਡਕਟਰ ਉਸਨੂੰ ਜ਼ਬਰਦਸਤੀ ਧੱਕੇ ਨਾਲ ਆਪਣੀ ਬੱਸ ਵਿੱਚ ਬੈਠਣ ਲਈ ਕਹਿਣ ਲੱਗ ਪਿਆ। ਪਰ ਇਸ 'ਤੇ ਵੀ ਜਦੋਂ ਰਮਨਦੀਪ ਸਿੰਘ ਨੇ PRTC ਦੀ ਬੱਸ ਵਿੱਚ ਹੀ ਜਾਣ ਲਈ ਕਿਹਾ ਤਾਂ ਰਾਜਸਥਾਨ ਡਿੱਪੂ ਦਾ ਕੰਡਕਟਰ ਗੁੱਸੇ ਵਿੱਚ ਲਾਲ ਹੋ ਕੇ PRTC ਦੀ ਬੱਸ ਦਾ ਦਰਵਾਜ਼ਾ ਬੰਦ ਕਰ ਦਿੰਦਾ ਹੈ ਅਤੇ ਰਮਨਦੀਪ ਸਿੰਘ ਨੂੰ ਬੁਰਾ ਭਲਾ ਕਹਿਣ ਲੱਗ ਪਿਆ। ਰਮਨਦੀਪ ਸਿੰਘ ਹੈ ਜੀ, ਅਤੇ ਅੱਜ ਮੈਂ ਆਪਣੇ ਮਦਰ ਨੂੰ ਚੰਡੀਗੜ੍ਹ ਚੜ੍ਹਾਉਣ ਵਾਸਤੇ ਆ ਰਿਹਾ ਸੀਗਾ। ਕਿਹੜੀ ਜਗ੍ਹਾ ਚੜ੍ਹਾਉਣ ਆਏ ਸੀ? ਅਤੇ ਚੰਡੀਗੜ੍ਹ ਜਾਣਾ ਸੀ ਉਹਨਾਂ ਨੇ, ਅਤੇ ਮੈਂ ਮਦਰ ਨੂੰ ਚੜ੍ਹਾਉਣ ਵਾਸਤੇ ਅੰਦਰ ਵੜਿਆ, ਉਹ ਚਰਖੜੀ ਲੱਗੀ ਹੋਈ ਹੈ ਜਿਹੜੇ ਚੰਡੀਗੜ੍ਹ। ਕਿਹੜੀ ਜਗ੍ਹਾ, ਕਿਹੜੇ ਬੱਸ ਸਟੈਂਡ ਆਏ ਸੀਗੇ? ਮੈਂ ਪਟਿਆਲੇ ਦੇ ਉਰੇ ਬੱਸ ਸਟੈਂਡ 'ਚ ਖੜ੍ਹਾ ਉਰੇ, ਅਤੇ ਜਿੱਥੇ ਚੰਡੀਗੜ੍ਹ ਦਾ ਡਿਪੂ ਹੈ, ਡਿਪੂ ਦੇ ਸਾਹਮਣੇ ਬੱਸਾਂ ਖੜ੍ਹਦੀਆਂ ਨੇ। ਮੈਂ ਐਂਟਰੀ ਕੀਤੀ ਹੈ, ਇੱਕ ਰਾਜਸਥਾਨ ਡਿਪੂ ਦੀ ਬੱਸ ਖੜ੍ਹੀ ਸੀਗੀ ਅੰਦਰ। ਉਹ ਮੈਨੂੰ ਕਹਿੰਦਾ ਵੀ ਮੇਰੀ ਗੱਡੀ ਦੇ ਵਿੱਚ ਬਿਠਾਓ, ਮੇਰੀ ਗੱਡੀ ਚੱਲਣ ਦਾ ਟਾਈਮ ਪਹਿਲਾਂ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕੋਈ ਜਵਾਬ ਨਹੀਂ ਦਿੱਤਾ, ਅਤੇ ਮੈਂ ਨਾਲ ਇੱਕ ਹੋਰ ਸ਼ਾਨੇ ਪੈਪਸੂ ਲੈ ਕੇ ਆ ਰਿਹਾ ਸੀਗਾ, ਪੈਪਸੂ ਰੋਡਵੇਜ਼ ਦੀ ਬੱਸ, ਮੈਂ ਉੱਧਰ ਸਾਈਡ ਹੋ ਗਿਆ। ਅਤੇ ਮੈਂ ਆਪਣੇ ਮਦਰ ਨੂੰ ਅੰਦਰ ਚੜ੍ਹਾ ਹੀ ਰਿਹਾ ਸੀ, ਮੈਨਾਂ ਧੱਕਾ ਮੁੱਕੀ ਕਰਕੇ ਦਰਵਾਜ਼ਾ ਬੰਦ ਕਰਤਾ ਉਹਨੇ। ਕਹਿੰਦਾ ਪਹਿਲਾਂ ਮੇਰੀ ਬੱਸ ਚਲੇਗੀ, ਫਿਰ ਕਰਾਂਗਾ ਮੈਂ ਅੰਦਰ। ਅਤੇ ਮੈਂ ਕਿਹਾ ਤੂੰ ਮੈਨੂੰ ਰੋਕ ਨਹੀਂ ਸਕਦਾ ਵੀ ਮੈਂ ਕਿਹੜੀ ਕਿਹੜੀ ਬੱਸ 'ਚ ਬੈਠਣਾ, ਕਿਹਦੀ 'ਚ ਨਹੀਂ ਬੈਠਣਾ। ਉਸਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਅਤੇ ਕਹਿੰਦਾ ਇਸ ਤੋਂ ਬਾਅਦ ਮੈਂ ਹੁਣ ਤੇਰੇ ਘਸੁੰਨ ਮਾਰਾਂਗਾ, ਵੀ ਇੱਥੇ ਲੋਕਾਂ ਨਾਲ ਇੰਨਾ ਕੁ ਧੱਕਾ ਹੋ ਰਿਹਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਉਰੇ ਗੁੰਡਾਗਰਦੀ ਚੱਲ ਰਹੀ ਹੈ, ਇਹ ਬੱਸ ਸਟੈਂਡ ਨਹੀਂ ਹੈ, ਗੁੰਡਾਗਰਦੀ ਹੈ। ਫਿਰ ਇਹਨਾਂ 'ਤੇ ਮੈਂ ਕਿਸੇ ਮੈਨੇਜਰ ਚੰਡੀਗੜ੍ਹ ਡਿਪੂ ਦੇ ਮੈਨੇਜਰ ਕੋਲ ਗਿਆ, ਮੈਨੂੰ ਕਹਿੰਦਾ ਵੀ ਤੁਸੀਂ ਆਪਣੇ ਇੱਥੇ ਇੰਚਾਰਜ ਹੈਗਾ ਪਟਿਆਲਾ ਡਿਪੂ ਦਾ, ਉਹਦੇ ਨਾਲ ਗੱਲ ਕਰੋ। ਉਸਨੇ ਅੱਗੇ ਇਨਕੁਆਇਰੀ ਵਾਲੇ ਕੋਲ ਭੇਜਤਾ, ਇਨਕੁਆਇਰੀ ਵਾਲਾ ਕਹਿੰਦਾ ਬਾਹਰ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਬੱਸਾਂ ਦਾ ਜਾਂਦਾ ਉੱਥੋਂ ਪਤਾ ਕਰੋ। ਮਤਲਬ ਕੋਈ ਆਪਣੇ ਵੱਲ ਦੱਸਣ ਨੂੰ ਤਿਆਰ ਨਹੀਂ ਸੀਗਾ ਵੀ ਅਸੀਂ ਕੀ ਚਾਹੁੰਦੇ ਹਾਂ, ਕੀ ਕਰਨਾ, ਕੀ ਨਹੀਂ ਕਰਨਾ। ਮੈਂ ਕਹਿੰਦਾ ਕੰਪਲੇਂਟ ਫਾਈਲ ਕਰਨੀ ਚਾਹੁੰਦਾ ਇਹਨਾਂ ਦੇ ਖਿਲਾਫ, ਬਟ ਇਹ ਕਹਿੰਦੇ ਵੀ ਅਸੀਂ ਤਾਂ ਅਸੀਂ ਕੰਪਲੇਂਟ ਨਹੀਂ ਕਰ ਸਕਦੇ, ਤੁਸੀਂ ਮੇਲ ਪਾ ਦਿਓ। ਮੇਰੇ ਕੋਲ ਉਹਨਾਂ ਦੋਨਾਂ ਬੱਸਾਂ ਦਾ ਨੰਬਰ ਹੈ ਜਿਸ ਵਿੱਚ ਮੈਂ ਆਪਣੇ ਮਦਰ ਨੂੰ ਚੜ੍ਹਾਇਆ, ਅਤੇ ਜਿਹੜੀ ਬੱਸ ਦੇ ਵਿੱਚ ਮੈਨੂੰ ਧੱਕਾ ਕੀਤਾ ਗਿਆ। ਅਤੇ ਮੈਂ ਚਾਹੁੰਦਾ ਵੀ ਇਹਨਾਂ ਦੀ ਬਣਦੀ ਕਾਰਵਾਈ ਕੀਤੀ ਜਾਵੇ, ਵੀ ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਹੋਈ ਹੈ, ਉਰੇ ਗੁੰਡਾਗਰਦੀ ਫੈਲਾਈ ਹੋਈ ਹੈ ਕੰਡਕਟਰਾਂ ਨੇ, ਉੱਤੇ ਠੱਲ ਪਾਈ ਜਾਵੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉੱਥੇ ਉਸ ਸਮੇਂ PRTC ਦੇ ਬੱਸ ਅਤੇ ਬੱਸ ਅੱਡਾ ਸਟਾਫ ਵੀ ਮੌਕੇ 'ਤੇ ਮੌਜੂਦ ਸੀ, ਪਰੰਤੂ ਫਿਰ ਵੀ ਉਹਨਾਂ ਵਿੱਚੋਂ ਕਿਸੇ ਨੇ ਵੀ ਇਸ ਜ਼ੋਰ ਜ਼ਬਰਦਸਤੀ ਜਾਂ ਇਹ ਕਹਿ ਲਈਏ ਕਿ ਕੰਡਕਟਰ ਦੀ ਗੁੰਡਾਗਰਦੀ ਦਾ ਵਿਰੋਧ ਤੱਕ ਨਹੀਂ ਕੀਤਾ। ਇੰਨਾ ਹੀ ਬਸ ਨਹੀਂ, ਜਦੋਂ ਰਮਨਦੀਪ ਸਿੰਘ ਨੇ ਇਸ ਪੂਰੀ ਗੁੰਡਾਗਰਦੀ ਦੀ ਸ਼ਿਕਾਇਤ ਬੱਸ ਅੱਡਾ ਮੈਨੇਜਰ ਨੂੰ ਕਰਨੀ ਚਾਹੀ ਤਾਂ ਉਸਨੇ ਕੀ ਕਿਹਾ ਤੁਸੀਂ ਆਪ ਹੀ ਦੇਖ ਸਕਦੇ ਹੋ। ਮੇਰੀ ਗੱਲ ਸੁਣੋ, ਨਾਮ ਕੀ ਭਾਈ? ਮੈਂ ਨਹੀਂ ਦੱਸਦਾ ਭਾਈ, ਲਾਈਵ ਚੱਲ ਰਿਹਾ। ਨਾਮ ਦੱਸ ਦੋ, ਕੀ ਗੱਲ ਹੋਈ ਹੈ, ਦਿੱਕਤ ਕੀ ਆਈ ਹੈ? ਇਹ ਚੰਡੀਗੜ੍ਹ ਡਿਪੂ ਦਾ ਇੰਚਾਰਜ ਨਾਲ ਗੱਲਬਾਤ ਹੋਈ ਹੈ। ਇਹ ਕਹਿੰਦੇ ਰਾਜਸਥਾਨ ਰੋਡਵੇਜ਼ ਵਾਲਿਆਂ ਨੂੰ ਨਹੀਂ ਕਿਹਾ ਵੀ ਇਹ ਗੱਡੀ 'ਚ ਨਹੀਂ ਬੈਠੋ, ਤਾਂ ਟਾਈਮ ਹੋਇਆ, ਠੀਕ ਹੈ ਜੀ। ਉਹਦਾ ਟਾਈਮ ਸੀਗਾ, ਉਹ ਕਹਿੰਦਾ ਵੀ ਮੇਰੀ ਗੱਡੀ 'ਚ ਬੈਠੋ, ਇੰਨੇ ਜੇ ਆਪਸ ਵਿੱਚ ਬਹਿਸ ਨਹੀਂ ਸਹੀ। ਇਹ ਬਾਈ ਜੀ ਕਹਿੰਦੇ ਮੇਰੀ ਸ਼ਿਕਾਇਤ ਲਿਖੋ, ਮੈਂ ਕਿਹਾ ਤੁਸੀਂ ਮੇਲ ਪਾਓ ਰਾਜਸਥਾਨ ਰੋਡਵੇਜ਼। ਨਹੀਂ ਭਾਈ, ਕਿੰਨੇ ਕੁ ਜਾਇਆ ਜਾਂ ਇੱਕ ਬੱਸ ਸਟੈਂਡ, ਬੱਸ ਸਟੈਂਡ ਵਾਲਾ ਬਦਮਾਸ਼ੀ ਕਰ ਰਿਹਾ, ਸਵਾਰੀ ਨੂੰ ਕੋਟਾਂ ਦੀ ਗੱਲ ਕਰ ਰਿਹਾ, ਕਿੰਨਾ ਕੁ ਸਹੀ ਹੈ ਜੀ? ਮੈਂ ਬੁਲਾ ਲਾਂਗਾ ਇੰਚਾਰਜ ਨੂੰ ਇੱਥੇ, ਅਗਲੇ ਪਾਸੇ ਬੁਲਾ ਕੇ ਇਸ ਤੋਂ ਸਾਫ਼ ਹੁੰਦਾ ਹੈ ਕਿ ਪਟਿਆਲਾ ਦੇ ਬੱਸ ਸਟੈਂਡ ਵਿੱਚ ਪ੍ਰਾਈਵੇਟ ਅਤੇ ਬਾਹਰ ਦੀਆਂ ਬੱਸਾਂ ਨੂੰ ਸਵਾਰੀਆਂ ਬਿਠਾਉਣ ਲਈ ਗੁੰਡਾਗਰਦੀ ਕਰਨ ਦੀ ਖੁੱਲ੍ਹ ਦੇ ਕੇ PRTC ਸਟਾਫ ਪੰਜਾਬ ਦੀ ਇਸ ਸਰਕਾਰੀ ਬੱਸ ਸੇਵਾ ਨੂੰ ਬੰਦ ਕਰਾਉਣ ਦੀ ਸੋਚੀ ਬੈਠਾ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੀ ਇਸ ਖਬਰ ਤੋਂ ਬਾਅਦ PRTC ਦੇ ਚੇਅਰਮੈਨ ਸ਼੍ਰੀ KK ਸ਼ਰਮਾ ਜੀ ਅਤੇ MD ਸ਼੍ਰੀ ਮਨਜੀਤ ਸਿੰਘ ਨਾਰੰਗ ਜੀ ਇਸ ਗੁੰਡਾਗਰਦੀ ਵੱਲ ਜ਼ਰੂਰ ਧਿਆਨ ਦੇਣਗੇ ਅਤੇ ਅੱਗੇ ਤੋਂ ਯਾਤਰੀਆਂ ਨੂੰ ਬੱਸ ਕੰਡਕਟਰਾਂ ਦੀ ਇਸ ਗੁੰਡਾਗਰਦੀ ਤੋਂ ਜ਼ਰੂਰ ਨਿਜਾਤ ਮਿਲੇਗੀ। ਪਟਿਆਲਾ ਟੂਡੇ ਲਈ ਕੈਮਰਾਮੈਨ ਆਸ਼ੂ ਦੇ ਨਾਲ ਬਿਊਰੋ ਚੀਫ ਜਤਿਨ ਸ਼ਰਮਾ ਦੀ ਰਿਪੋਰਟ।